ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਭਾਰਤ ਦੀ ਪਾਪੂਲੇਸ਼ਨ ਨੇ ਚੀਨ ਦੀ ਪਾਪੂਲੇਸ਼ਨ ਨੂੰ ਓਵਰਟੇਕ ਕਰ ਲਿਆ ਆ ਅ ਇਸ ਸਾਲ ਦੇ ਮੱਧ ਤੱਕ 2.9 ਮਿਲੀਅਨ 29 ਲੱਖ ਲੋਕ ਵੱਧ ਹੋਣਗੇ ਪਾਪੂਲੇਸ਼ਨ ਦੇ ਵਿੱਚ ਯੂਨ ਦੇ ਅਨੁਮਾਨ ਜਿਹੜੇ ਉਹ ਦੱਸਦੇ ਆ ਕਈ ਥਾਵਾਂ ਦੇ ਉੱਤੇ ਤਾਂ ਆਲਰੇਡੀ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਭਾਰਤ ਦੀ ਪਾਪੂਲੇਸ਼ਨ ਚੀਨ ਨੂੰ ਉਹ ਕੱਪ ਗਈ ਹੈਗੀ ਆ ਸੋ ਇਹ ਜਿਹੜੀ ਸਥਿਤੀ ਬਣੀ ਆ ਆ ਭਾਰਤ ਦੀ ਪਾਪੂਲੇਸ਼ਨ 1.4 ਬਿਲੀਅਨ ਇੱਕ ਤੇ ਉਧਰ ਜਿਹੜੀ ਚੀਨ ਦੀ ਪਾਪੂਲੇਸ਼ਨ ਵੀ 1.4 ਪਰ ਅੱਗੇ ਜਿਹੜੇ ਕਹ ਲੋ ਵੀ ਨੰਬਰਸ ਦੇ ਵਿੱਚ ਜਿਹੜਾ ਫਰਕ ਆ 2.9 ਮਿਲੀਅਨ ਘੱਟ ਹੋਊਗੀ ਆ ਇੰਡੀਆ ਦੇ ਨਾਲੋਂ ਚੀਨ ਦੀ ਜਦ ਪਾਪੂਲੇਸ਼ਨ ਲਗਾਤਾਰ ਵੱਧ ਰਹੀ ਸੀ ਉਹਨਾਂ ਨੇ 1 ਫੈਮਿਲੀ 1 ਚਾਈਲਡ ਪਾਲਿਸੀ ਜਿਹੜੀ ਉਹ ਲਾਗੂ ਕੀਤੀ ਤੇ ਉਸ ਤੋਂ ਬਾਅਦ ਚ ਪਾਪੂਲੇਸ਼ਨ ਦੇ ਉੱਤੇ ਉਹਨਾਂ ਨੇ ਕੰਟਰੋਲ ਤਾਂ ਜਿਹੜਾ ਉਹ ਆਪਣੇ ਵੱਲੋਂ ਕੀਤਾ ਪਰ ਹੁਣ ਉਹਨਾਂ ਨੂੰ ਫਿਕਰਮੰਦੀ ਇਹ ਲੱਗ ਰਹੀ ਆ ਵੀ ਕਿਤੇ ਪਾਪੂਲੇਸ਼ਨ ਅਚਨਚੇਤੇ ਬਹੁਤ ਜ਼ਿਆਦਾ ਡਿਕਰੀਜ਼ ਆ ਉਹ ਨਾ ਘਟ ਜਾਵੇ ਉਹਨਾਂ ਨੇ ਆਪਣੀ ਜਿਹੜੀ 1 ਚਾਈਲਡ ਪਾਲਿਸੀ ਆ ਉਸ ਨੂੰ ਥੱਲੇ ਜਿਹੜਾ ਉਹ ਕਰ ਦਿੱਤਾ ਮੁਲਕ ਦੁਨੀਆ ਭਰ ਦੇ ਮੁਲਕਾਂ ਦੇ ਵਿੱਚੋਂ ਇਹ ਜਿਹੜੇ ਦੋਨੋਂ ਮੁਲਕ ਆ ਉਹਨਾਂ ਦੇ ਵਿੱਚ ਸਭ ਤੋਂ ਵੱਧ ਪਾਪੂਲੇਸ਼ਨ ਆ ਤੀਜੇ ਨੰਬਰ ਦੇ ਉੱਤੇ ਬਹੁਤ ਪਿੱਛੇ ਯੂ ਐਸ ਆਉਂਦਾ ਆ ਜਿੱਥੇ 340 ਮਿਲੀਅਨ ਪਾਪੂਲੇਸ਼ਨ ਤੇ ਜਿਹੜੇ ਪਹਿਲੇ ਟਾਪ ਦੇ ਦੋ ਮੁਲਕ ਨੇ ਉਹ 1.4 ਬਿਲੀਅਨ ਪਾਪੂਲੇਸ਼ਨ ਦੇ ਨਾਲ ਜਿਹੜੇ ਆ ਉਹ ਉਸ ਇਲਾਕੇ ਦੇ ਵਿੱਚ ਰਹਿ ਰਹੇ ਨੇ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਇੱਥੇ ਬਣੀ ਪਈ ਹੈਗੀ ਆ ਤੇ ਆ ਇੰਡੀਆ ਕਹਿੰਦੇ ਵੀ ਪਾਪੂਲੇਸ਼ਨ ਦੇ ਖੇਤਰ ਦੇ ਵਿੱਚ ਉਹ ਇਸ ਟਾਈਮ ਵੱਧ ਚੁੱਕਿਆ ਆ ਦੁਨੀਆ ਦੀ ਗਲੋਬਲ ਪਾਪੂਲੇਸ਼ਨ ਜਿਹੜੀ ਜਨਸੰਖਿਆ ਆ ਉਹ 8 ਬਿਲੀਅਨ ਡਾਲਰ ਨੂੰ ਅ ਸੌਰੀ 8 ਬਿਲੀਅਨ ਦੀ ਆਬਾਦੀ ਜਿਹੜੀ ਆ ਉਹ ਪਾਰ ਆંકੜੇ ਨੂੰ ਪਾਰ ਕਰ ਚੁੱਕੀ ਆ ਜੀ ਸੋ ਬਹੁਤ ਵਾਰ ਸਾਨੂੰ ਸਰੋਤੇ ਮਿਲਦੇ ਰਹਿੰਦੇ ਆ ਵੀ ਯਾਰੀ ਇੰਡੀਆ ਦੀ ਪੋਜੀਟਿਵ ਖਬਰ ਦਿਆ ਕਰੋ ਸੋ ਇਹ ਇੰਡੀਆ ਦੀ ਪੋਜੀਟਿਵ ਖਬਰ ਹੀ ਆ ਕਿ ਚਾਈਨਾ ਦੀ ਜਿਹੜੀ ਪੋਪੂਲੇਸ਼ਨ ਆ ਉਹਨੂੰ ਇੰਡੀਆ ਨੇ ਓਵਰਟੇਕ ਕਰ ਜਾਣਾ ਹੈਗਾ ਆ ਇਸ ਮਹੀਨੇ ਦੇ ਵਿੱਚ ਵਿੱਚ ਤੇ ਕਹਿੰਦੇ 254 ਮਿਲੀਅਨ ਲੋਕ ਇੰਡੀਆ ਦੇ ਵਿੱਚ 15 ਸਾਲ ਤੋਂ ਲੈ ਕੇ 24 ਸਾਲ ਦੀ ਉਮਰ ਦੇ ਆ ਇਹ ਸਭ ਤੋਂ ਵੱਡਾ ਨੰਬਰ ਆ ਦੁਨੀਆ ਦੇ ਵਿੱਚ ਜਿਹੜੇ ਇਸ ਏਜ ਗਰੁੱਪ ਦੇ ਵਿੱਚ ਜੋ ਲੋਕ ਆ ਉਹ ਹੈਗੇ ਆ ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਖਾਸ ਕਰਕੇ ਸੋਸ਼ਲ ਮੀਡੀਆ ਨੂੰ ਲੈ ਕੇ ਸੋਸ਼ਲ ਮੀਡੀਆ ਵਾਲੀਆਂ ਜਾਂ ਇੰਟਰਨੈਟ ਰਿਲੇਟਡ ਉਹ ਉੱਥੇ ਜਿਹੜਾ ਆ ਇੰਨਾ ਕੁਸ਼ ਇਨਵੈਸਟ ਕਰਦੀਆਂ ਹੈਗੀਆਂ ਟੈਕ ਜਾਇੰਟ ਐਪਲ ਇਹ ਸੋਚ ਰਿਹਾ ਵੀ ਇੰਡੀਆ 'ਚ ਇੱਕ ਵੱਡਾ ਜਿਹੜਾ ਆ ਮੈਨੂਫੈਕਚਰਿੰਗ ਹੱਬ ਉਸ ਨੂੰ ਬਣਾਇਆ ਜਾਵੇ ਇਸ ਨੇ ਆਲਰੇਡੀ ਐਪਲ ਵਾਲਿਆਂ ਨੇ ਕੋਸ਼ ਪ੍ਰੋਡਕਸ਼ਨ ਚਾਈਨਾ ਤੋਂ ਇੰਡੀਆ ਦੇ ਵਿੱਚ ਮੂਵ ਕਰ ਲਈ ਹੈਗੀ ਆ ਸੋ ਯੂਨ ਰਿਪੋਰਟ ਦੇ ਮੁਤਾਬਕ 2.9 ਮਿਲੀਅਨ ਲੋਕ ਚਾਈਨਾ ਨਾਲੋਂ ਜ਼ਿਆਦਾ ਹੋਣਗੇ ਇਸ ਮਹੀਨੇ ਦੇ ਐਂਡ ਤੱਕ ਮਿਡਲ ਆਫ 2024 ਵੀ ਕਹਿ ਰਹੇ ਹੈਗੇ ਆ ਔਰ ਸੌਰੀ 23 ਵੀ ਕਹਿ ਰਹੇ ਹੈਗੇ ਆ ਤੇ ਬਸ ਇਸ ਮਹੀਨੇ ਜਾਂ ਅਗਲੇ ਮਹੀਨੇ ਤੱਕ ਆਲਰੇਡੀ ਇਹ ਕਰਾਸ ਕਰ ਜੇਗੀ ਚਾਈਨਾ ਨੇ ਇਹ ਜਿਹੜਾ ਟਾਈਟਲ ਆ ਵਰਲਡ ਦੀ ਲਾਰਜੈਸਟ ਪੋਪੂਲੇਸ਼ਨ ਦਾ 1950 ਤੋਂ ਲੈ ਕੇ ਹੁਣ ਤੱਕ ਰੱਖਿਆ ਆ ਜੋ ਕਿ ਹੁਣ ਇਹ ਟਾਈਟਲ ਇੰਡੀਆ ਦੇ ਕੋਲ ਚਲੇ ਜਾਊਗਾ ਸੋ ਪਰ ਇੰਡੀਆ ਦੇ ਵਿੱਚ ਚਾਈਨਾ ਦੇ ਮੁਕਾਬਲੇ ਜੰਗਰ ਪੋਪੂਲੇਸ਼ਨ ਜਿਆਦਾ ਆ ਫਰਟੀਲਿਟੀ ਰੇਟ ਬਹੁਤ ਜਿਆਦਾ ਹੈਗਾ ਇੰਡੀਆ ਦੇ ਵਿੱਚ ਚਾਈਨਾ ਦੇ ਮੁਕਾਬਲੇ ਸੋ ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਹੋਰ ਵੀ ਜਿਹੜੀ ਪੋਪੂਲੇਸ਼ਨ ਆ ਉਹ ਵਧੂਗੀ 1000 ਜਾਂ 1007 ਦੇ ਕਰੀਬ ਇੰਡੀਅਨਜ਼ ਦਾ ਇੱਕ ਸਰਵੇ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 63% ਲੋਕਾਂ ਨੇ ਸਾਡਾ ਜਿਹੜਾ ਮੇਨ ਕਨਸਰਨ ਆ ਉਹ ਇਕਨੋਮਿਕ ਇਸ਼ੂਜ਼ ਨੂੰ ਲੈ ਕੇ ਆ ਇੰਡੀਆ ਦੇ ਵਿੱਚ ਹਾਲਾਂਕਿ ਆਪਾਂ ਖਬਰਾਂ ਦੇ ਵਿੱਚ ਉੱਥੇ ਜਿਹੜਾ ਇੱਕ ਧਰਮ ਧਰਮ ਨੂੰ ਲੈ ਕੇ ਜਾਂ ਨੈਸ਼ਨਲਿਜ਼ਮ ਨੂੰ ਲੈ ਕੇ ਉਹੀ ਲੋਕਾਂ ਨੂੰ ਸ਼ੋਅ ਕੀਤਾ ਜਾਂਦਾ ਆ ਪਰ ਨੰਬਰ 1 ਇੰਡੀਅਨ ਲੋਕਾਂ ਦਾ ਜਿਹੜਾ ਮੁੱਦਾ ਆ ਉਹ ਇਕਨੋਮੀ ਆ ਉਹ ਤੋਂ ਬਾਅਦ এনवायरमेंट ਫਿਰ ਹੈਲਥ ਤੇ ਹਿਊਮਨ ਰਾਈਟਸ ਬਿਲਕੁਲ ਥੋੜੀ ਥਾਂ ਦੇ ਵਿੱਚ ਇੰਨੇ ਜ਼ਿਆਦਾ ਲੋਕ ਜਦੋਂ ਲੈਂਦੇ ਉਹਦੀਆਂ ਆਪਣੇ ਚੈਲੰਜਸ ਆਪਣੀਆਂ ਜਿਹੜੀਆਂ ਚੁਣੌਤੀਆਂ ਆ ਉਹ ਦੇਖਣਾ ਹੋਊਗਾ ਵੀ ਕਿਦਾਂ ਇਸ ਨੂੰ ਸਲਵ ਕਰਦੇ ਆ ਇੱਕ ਟਾਈਮ ਦੇ ਉੱਤੇ ਗਰੋਥ ਰੇਟ ਭਾਰਤ ਦੀ ਆਬਾਦੀ ਵਧਨ ਦੀ 1.7% ਸੀ ਤੇ ਹੁਣ ਘਟ ਕੇ 1.2 ਹੋਈ ਆ ਉਦਾਂ ਓਵਰਆਲ ਦੁਨੀਆ ਦੀ ਪਾਪੂਲੇਸ਼ਨ ਚਾਹੀ ਆਂਕੜਾ ਜਿਹੜਾ ਕਹਿੰਦੇ ਹਰਜੋਤ ਸਿੰਘ ਜੀ 8 ਬਿਲੀਅਨ ਨੂੰ ਪਾਰ ਕਰ ਚੁੱਕੇ ਆ ਪਰ ਪਾਪੂਲੇਸ਼ਨ ਗਰੋਥ ਸਲੋ ਹੋ ਰਹੀ ਆ ਆ ਸੋ ਇਹ ਇੱਕ ਹੋਰ ਚਿੰਤਾਜਨਕ ਪਹਿਲੂ ਜਿਹੜਾ ਉਹ ਆ ਵੀ ਆਪਾਂ ਮੈਨੂੰ ਇਦਾਂ ਲੱਗਦੇ ਲੋਕ ਜਿਹੜੇ ਮੰਨਦੇ ਆ ਵੀ ਵੀ ਸ਼ਾਇਦ ਐਜ਼ ਅ ਹੋਲ ਹਿਊਮੈਨਿਟੀ ਆਪਾਂ ਪੀਕ ਕਰ ਚੁੱਕੇ ਆ ਪਾਪੂਲੇਸ਼ਨ ਦੇ ਵਿੱਚ ਇਸ ਤੋਂ ਅੱਗੇ ਇਹ ਥੱਲੇ ਵੱਲ ਨੂੰ ਆ ਜਪਾਨ ਵਰਗੇ ਮੁਲਕ ਤੋਂ ਇਲਾਵਾ ਹੋਰ ਬਹੁਤ ਸਾਰੇ ਮੁਲਕ ਆ ਜਿੱਥੇ ਬਜ਼ੁਰਗਾਂ ਦੀ ਪਾਪੂਲੇਸ਼ਨ ਜਾਂਦੀ ਆ ਨੌਜਵਾਨਾਂ ਦੀ ਘਟਾ ਲੋਕ ਵਿਆਹ ਨਹੀਂ ਕਰ ਰਹੇ ਨਿਆਣੇ ਨਹੀਂ ਜਿਹੜੇ ਉਹ ਜੰਮ ਰਹੇ ਇਹ ਆਪਣੇ ird gird ਵੀ ਆਪਾਂ ਜਿਹੜਾ ਉਹ ਦੇਖਦੇ ਆ ਤੇ ਇਵੈਂਚੁਅਲੀ ਕਹਿੰਦੇ ਪਾਪੂਲੇਸ਼ਨ ਡਿਕਰੀਸ ਦੇ ਵੱਲ ਨੂੰ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਸਕਦੀ ਆ ਇਹਦੇ ਵਿੱਚ ਕੋਈ ਦੂਰ ਆਵਾ ਨਹੀਂ ਸਾਇੰਸ ਨੇ ਤਰੱਕੀ ਕੀਤੀ ਆ ਲੋਕਾਂ ਦੀ ਜਿਹੜਾ ਲਾਈਫ ਸਪੈਨ ਆ ਉਮਰ ਦੇ ਵਿੱਚ ਉਸ ਨੇ ਵਾਧਾ ਜਿਹੜਾ ਉਹ ਜ਼ਰੂਰ ਕਰਾਇਆ ਆ ਪਰ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਜਿਹੜਾ ਯੰਗਸਟਰਸ ਆ ਬੱਚੇ ਤੇ ਨੌਜਵਾਨ ਆ ਉਸ ਆંકੜੇ ਦੇ ਉੱਤੇ ਜਿਹੜਾ ਮੇਨ ਫੋਕਸ ਕਹਿੰਦੇ ਆ ਵੀ ਕਰਨ ਦੀ ਜ਼ਰੂਰਤ ਆ ਵੀ ਉਹ ਕਿੰਨੀ ਕਿੰਨੀ ਪਰਸੈਂਟੇजेस ਜਿਹੜੀਆਂ ਹਨ ਮੁਲਕ ਦੀਆਂ ਆਬਾਦੀ ਦੇ ਵਿੱਚ ਤੇ ਇਵੈਂਚੁਅਲੀ ਕਹਿੰਦੇ ਵੀ ਉਹਨਾਂ ਮੁਲਕਾਂ ਦੇ ਕਾਮਯਾਬ ਜਿਹੜਾ ਉਹ ਹੋਣਾ ਆ ਜਿੱਥੇ ਨੌਜਵਾਨਾਂ ਦੀ ਤੇ ਨਿਆਣਿਆਂ ਦੀ ਜਨਸੰਖਿਆ ਆਬਾਦੀ ਜਿਹੜੀ ਉਹ ਵੱਧ ਹੋਵੇਗੀ ਜੀ